ਪੰਜਾਬ ਕਾਂਗਰਸ ਸਰਕਾਰ ਵੱਲੋਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਦੇ ਤਹਿਤ ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ 'ਚ 1,41,00,000 ਦੀ ਲਾਗਤ ਨਾਲ ਬਣ ਜਾ ਰਹੇ ਆਧੁਨਿਕ ਪਾਰਕ ਦਾ ਜਾਂਚ ਦੌਰਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਜਾ ਰਹੇ ਇਸ ਪਾਰਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਗਿਆ ਹੈ। ਤਕਰੀਬਨ ਆਹ ਜਿਹੜਾ ਏਰੀਆ ਹੈਗਾ ਜੀ, ਇਹ ਹੈ ਕੋਈ 5.5 ਏਕੜ, 1.5 ਏਕੜ ਹੋਰ ਹੈ, 7 ਏਕੜ ਹੋ ਜਾਏਗਾ, ਕਿਉਂਕਿ ਬੜਾ ਪੁਰਾਣਾ ਜਿਹੜਾ ਸੀਗਾ, ਇਹ ਲੋਕਾਂ ਨੇ ਇਹਦੇ 'ਤੇ ਕਬਜ਼ਾ ਕੀਤਾ ਹੋਇਆ ਸੀਗਾ, ਛੋਟੇ ਛੋਟੇ ਕਬਜ਼ੇ ਕੀਤੇ। ਸਰਕਾਰੀ ਜ਼ਮੀਨ ਹੈ, ਇਹ ਸੈਂਟਰ ਗੌਰਮੈਂਟ ਦੀ ਜ਼ਮੀਨ ਸੀਗੀ, ਇਹਦਾ ਫੈਸਲਾ ਹੋ ਕੇ ਹੁਣ ਮਿਊਂਸਪਲ ਕਮੇਟੀ ਦੇ ਨਾਮ ਕਰਾ ਦਿੱਤੀ ਹੈ। ਇਹਦੇ ਉੱਪਰ ਅਸੀਂ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਦਾ ਪਾਰਕ ਬਣਾ ਰਹੇ ਹਾਂ, ਜਿਹਦਾ 1,47,00,000 ਰੁਪਇਆ ਪਾਸ ਕਰਾਇਆ ਸੀ ਅੰਮ੍ਰਿਤ ਸਕੀਮ ਦੇ ਵਿੱਚ। ਅਸੀਂ ਇੱਕ ਤਾਂ ਇਹਦੇ 'ਚ ਟਰੈਕ ਬਣਾ ਰਹੇ ਹਾਂ ਜੀ, ਦੂਸਰਾ ਇਹ ਹੈ ਕਿ ਇੱਕ ਇਸੇ ਓਪਨ ਥੀਏਟਰ ਬਣਾ ਰਹੇ ਹਾਂ, ਇੱਕ ਬਾਸਕਟਬਾਲ ਦਾ ਅਸੀਂ ਗਰਾਊਂਡ ਬਣਾ ਰਹੇ ਹਾਂ ਦੇ ਵਿੱਚ, ਉਹਦੇ ਨਾਲ ਨਾਲ ਹੀ ਇੱਕ ਸਕਰੀਨ ਲਗਾ ਰਹੇ ਹਾਂ। ਉਹ ਸਕਰੀਨ ਜਿਹੜੀ ਹੈਗੀ ਹੈ, ਸਵੇਰੇ ਉਹਦੇ 'ਚ ਪ੍ਰਸਾਰਣ ਆਇਆ ਕਰੇਗਾ ਹਰਿਮੰਦਰ ਸਾਹਿਬ ਤੋਂ। ਸਵੇਰੇ ਸਭ ਤੋਂ ਪਹਿਲਾਂ ਉਹਦੇ 'ਚ ਹੁਕਮਨਾਮਾ ਸਾਹਿਬ ਆਏਗਾ, ਫਿਰ ਅਰਦਾਸ ਆਏਗੀ, ਉਸ ਤੋਂ ਬਾਅਦ ਵੈਸ਼ਨੋ ਦੇਵੀ ਦਾ ਪਾਠ ਚੱਲੇਗਾ। ਇੱਕ ਅਸੀਂ ਹੋਰ ਪਰਮਿਸ਼ਨ ਲੈ ਰਹੇ ਹਾਂ ਸੈਂਟਰ ਗੌਰਮੈਂਟ ਤੋਂ, BSF ਵਾਲਿਆਂ ਤੋਂ ਲੈ ਰਹੇ ਹਾਂ ਕਿ ਜਿਹੜੀ ਸਾਡੀ ਬੀਟਿੰਗ ਰੀਟਰੀਟ ਹੈਗੀ ਹੈ ਉਹਨੂੰ ਅਸੀਂ ਲਾਈਵ ਦਿਖਾਇਆ ਜਾਵੇ। ਉਹ ਲਾਈਵ ਦਿਖਾਉਣ ਦੇ ਨਾਲ ਮੈਂ ਸਮਝਦਾ ਕਿ ਫਿਰੋਜ਼ਪੁਰ ਦੇ ਵਿੱਚ ਟੂਰਿਜ਼ਮ ਵਧੇਗਾ। ਇਹ ਪਾਰਕ ਉਹ ਪਾਰਕ ਹੈ ਜਿਹਦੀ ਲੋਕਾਂ ਦੀ ਮੰਗ ਸੀ ਬੜੇ ਲੰਬੇ ਸਮੇਂ ਤੋਂ। ਉਸ ਪਾਰਕ ਦੇ ਵਿੱਚ ਹਮੇਸ਼ਾ ਹੀ ਲੋਕ ਕਹਿੰਦੇ ਸੀ ਇਹ ਕਦੋਂ ਹੋਏਗਾ, ਕਦੋਂ ਕਰਾਵਾਂਗੇ। ਇਸ ਕਰਕੇ ਤੁਹਾਡੀ ਕਿਰਪਾ ਦੇ ਨਾਲ, ਸਾਰੇ ਫਿਰੋਜ਼ਪੁਰ ਦੇ ਲੋਕਾਂ ਦੀ ਕਿਰਪਾ ਦੇ ਨਾਲ ਇਹ ਜਿਹੜਾ ਪਾਰਕ ਹੈ, ਦੀ ਜ਼ਮੀਨ ਸਾਨੂੰ ਮਿਲੀ ਹੈ। ਮੈਂ ਸਮਝਦਾ ਹਾਂ ਕਿ ਇਹ ਫਿਰੋਜ਼ਪੁਰ ਵਾਸਤੇ ਬੜੀ ਵੱਡੀ ਰਾਹਤ ਹੈ। ਇਹ ਮੈਂ ਤੁਹਾਨੂੰ ਇਹਦੇ ਬਾਰੇ ਕੀ ਦੱਸਾਂ ਕਿ ਇਹਦੇ ਵਿੱਚ ਜਿਹੜੇ ਲੋਕ ਪਿੱਛੇ ਲੱਗੇ ਸੀ, 100 ਕਰੋੜ ਦੀ ਜ਼ਮੀਨ ਹੈ ਅਤੇ ਫਿਰੋਜ਼ਪੁਰ ਦਾ ਸੈਂਟਰ ਹੈ। ਮੈਂ ਸਮਝਦਾ ਕਿ ਜਿਹੜਾ ਫਿਰੋਜ਼ਪੁਰ ਦਾ ਸੈਂਟਰ ਹੈ, ਫਿਰੋਜ਼ਪੁਰ ਦਾ ਦਿਲ ਹੈ, ਫਿਰੋਜ਼ਪੁਰ ਦੇ ਲੋਕਾਂ ਵਾਸਤੇ ਚਾਹੀਦਾ। ਸਾਨੂੰ ਇਸ ਪਾਰਕ ਨਾਲ ਬਹੁਤ ਵਧੀਆ ਸਹੂਲਤਾਂ ਮਿਲਣਗੀਆਂ, ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਵੀ ਬਹੁਤ ਵਧੀਆ ਸਹੂਲਤਾਂ ਮਿਲਣਗੀਆਂ। ਇਹਦੇ ਵਿੱਚ ਇੱਕ ਖੇਡਣ ਵਾਸਤੇ, ਇੱਕ ਸਵੇਰੇ ਉੱਠ ਕੇ ਬੰਦਾ ਚਲੋ ਸੈਰ ਸੂਰ ਕਰਦਾ, ਸਾਨੂੰ ਪਹਿਲਾਂ ਦੂਰ ਜਾਣਾ ਪੈਂਦਾ ਸੀ, ਹੁਣ ਸਾਨੂੰ ਲਾਗੇ ਸਭ ਕੁਛ ਮਿਲ ਰਿਹਾ ਇਹ ਅਤੇ ਇਸ ਇੱਥੇ ਗੰਦਗੀ ਕਾਫੀ ਰਹਿੰਦੀ ਸੀਗੀ, ਹੁਣ ਜੇ ਪਾਰਕ ਬਣੂਗਾ ਤਾਂ ਤੁਹਾਨੂੰ ਏਰੀਏ ਨੂੰ ਕਿਵੇਂ ਦਾ ਮਾਹੌਲ ਮਿਲੇਗਾ? ਬਹੁਤ ਵਧੀਆ ਮਿਲੇਗਾ ਜੀ, ਇੱਕ ਤਾਂ ਆਉਣ ਵਾਲੀਆਂ ਬਿਮਾਰੀਆਂ ਖਤਮ ਹੋ ਜਾਣਗੀਆਂ ਜੀ, ਠੀਕ ਹੈ ਜੀ, ਔਰ ਨਾਲੇ ਸਾਰੇ ਜਿਹੜੇ ਬੱਚੇ ਆ ਉਹ ਹੁਣ ਬਜ਼ੁਰਗ ਵੀ ਸਭ ਕੁਛ ਬਹੁਤ ਵਧੀਆ ਲੱਗੇਗਾ ਜੀ ਸਾਰਿਆਂ ਨੂੰ ਲੱਗਦਾ। ਬਹੁਤ ਵਧੀਆ ਲੱਗਦਾ ਜੀ, ਬਹੁਤ ਵਧੀਆ ਆਉਣ ਲੱਗਾ। ਬੱਚੇ ਬਿਮਾਰ ਹੁੰਦੇ ਜੀ ਸਾਡੇ, ਦੂਜੇ ਤੀਜੇ ਦਿਨ ਹਸਪਤਾਲ ਜਾਈਦਾ ਸੀ, ਵੀ ਇਹ ਭਾਈ ਜੀ ਬਹੁਤ ਵਧੀਆ ਕੰਮ ਕਰਨ ਲੱਗੇ। ਅਤੇ ਹੁਣ ਪਾਰਕ ਬਣਨ ਨਾਲ ਕਿਹੋ ਜਿਹੇ ਤੁਹਾਨੂੰ ਫਾਇਦੇ ਹੋਣਗੇ ਬਜ਼ੁਰਗਾਂ ਨੂੰ, ਬੱਚਿਆਂ ਨੂੰ? ਬਹੁਤ ਵਧੀਆ ਹੋਇਆ ਜੀ, ਸਵੇਰੇ ਸੈਲ ਕਰਾਂ ਦੇ ਬੱਚੇ ਸੈਲ ਕਰਨ ਦੇ, ਉੱਥੇ ਸਾਨੂੰ ਦੂਰ ਜਾਣਾ ਪੈਂਦਾ, ਇੱਥੇ ਸਾਡੇ ਨਜ਼ਦੀਕ ਬਣ ਗਿਆ, ਬਹੁਤ ਵਧੀਆ ਹੋਇਆ।